ਉਹਨਾਂ ਦੇ ਜਿਹੜੀ ਸਜ਼ਾ ਦਾ ਪ੍ਰਬੰਧ ਕਰੂਗਾ। ਦੂਸਰਾ 7 ਦਿਨਾਂ ਦੇ ਅੰਦਰ ਅੰਦਰ ਜਿਹੜਾ ਚਲਾਨ ਆ ਉਹ ਪੇਸ਼ ਕੀਤਾ ਜਾਊਗਾ। ਜਿਹੜਾ 3 ਮਹੀਨੇ ਦੇ ਅੰਦਰ ਅੰਦਰ ਇਹ ਫਾਸਟ ਟਰੈਕ ਅਦਾਲਤ ਰਾਹੀਂ ਜਿਹੜੀ ਫੈਸਲਾ ਜਿਹੜਾ ਉਹ ਕੋਰਦਾ ਉਹ ਕੀਤਾ ਜਾਊਗਾ। ਦੇਖੋ ਅਸਲੀ ਜਿੱਤ ਤਾਂ ਉਦੋਂ ਮੰਨੀ ਜਾ ਸਕਦੀ ਹੈ ਜਦੋਂ ਇਹ ਪੂਰੇ ਵਰਤਾਰੇ ਨੂੰ ਜਿਹੜੀ ਠੱਲ ਪਾਈ ਜਾਊਗੀ। ਇਹ ਸਾਡੀ ਵਕਤੀ ਜਿੱਤ ਆ, ਭਾਵੇਂ ਇਹ ਜਿੱਤ ਹੈਗੀ ਆ, ਪਰ ਅਸਲ ਜਿੱਤ ਉਦੋਂ ਹੀ ਹੋਊਗੀ ਜਦੋਂ ਜਿਹੜਾ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਨੂੰ ਅਸੀਂ ਠੱਲ ਪਾ ਸਕਾਂਗੇ। ਇਸ ਲਈ ਜਿਹੜਾ ਸਾਡਾ ਸੰਘਰਸ਼ ਆ ਉਹ ਇਸੇ ਤਰ੍ਹਾਂ ਜਾਰੀ ਰਹਿਣਾ। ਇਹ ਸੰਘਰਸ਼ ਨੇ ਜਿਹੜਾ ਲੋਕਾਂ ਨੂੰ ਉਹ ਜਿਹੜੀ ਦੱਬੇ ਕੁਚਲੇ ਲੋਕਾਂ ਦੀ ਜਿਹੜੀ ਆ ਉਹ ਮਾੜੀ ਹਾਲਤ ਆ ਉਹਦੇ ਵਿੱਚੋਂ ਕੱਢਣਾ, ਅਤੇ ਉਹ ਮਨੁੱਖਤਾ ਜਿਹੜੀ ਲੋਕਾਂ ਦੇ ਵਿੱਚ ਭਰਨ ਲਈ ਇਹ ਸੰਘਰਸ਼ ਨੇ ਜਿਹੜੇ ਇੱਕੋ ਇੱਕ ਰਾਹ ਨੇ। ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੁਝ ਮੰਤਰੀ ਨੇ ਜਿਹੜੇ ਉਹਨਾਂ ਨੇ ਬਕਾਇਦਾ ਉਹਦੇ ਵਿੱਚ ਜਿਹੜੇ ਸ਼ਾਮਲ ਕੀਤੇ ਨੇ ਲਿਖਤ ਦੇ, ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਨੇ, ਅਤੇ ਬਕਾਇਦਾ ਉਹਨਾਂ ਨੇ ਲਿਖਤੀ ਸਾਈਨ ਕਰਕੇ ਔਰ ਪ੍ਰੈਸ ਦੇ ਵਿੱਚ ਇਹ ਜਿਹੜਾ ਅਨਾਊਂਸ ਕੀਤਾ ਵੀ ਅਸੀਂ ਇਹ ਸਾਰੀਆਂ ਮੰਗਾਂ ਨੇ ਜਿਹੜੀਆਂ ਮੰਨ। ਇਹਦੇ ਵਿੱਚ ਸਭ ਤੋਂ ਪਹਿਲਾਂ ਵੀ ਜਿਹੜੇ ਦੋਸ਼ੀ ਅਧਿਕਾਰੀ ਸੀ ਡਾਕਟਰ ਅਤੇ ਉਹ ਪੁਲਿਸ ਦੇ, ਉਹਨਾਂ ਦੇ ਉੱਤੇ ਜਿਹੜੀ DIG ਲੈਵਲ ਦਾ ਜਿਹੜਾ ਅਧਿਕਾਰੀ ਆ ਉਹ ਇਹਦੀ ਇਨਕੁਆਇਰੀ ਕਰਕੇ ਉਹਨਾਂ ਦੇ ਜਿਹੜੀ ਸਜ਼ਾ ਦਾ ਪ੍ਰਬੰਧ ਕਰੂਗਾ। ਦੂਸਰਾ 7 ਦਿਨਾਂ ਦੇ ਅੰਦਰ ਅੰਦਰ ਜਿਹੜਾ ਚਲਾਨ ਆ ਉਹ ਪੇਸ਼ ਕੀਤਾ ਜਾਊਗਾ। ਜਿਹੜਾ 3 ਮਹੀਨੇ ਦੇ ਅੰਦਰ ਅੰਦਰ ਇਹ ਫਾਸਟ ਟਰੈਕ ਅਦਾਲਤ ਰਾਹੀਂ ਜਿਹੜੀ ਫੈਸਲਾ ਜਿਹੜਾ ਉਹ ਕੋਰਟ ਦਾ ਉਹ ਕੀਤਾ ਜਾਊਗਾ। ਉਹਦੇ ਤੋਂ ਬਿਨਾਂ ਜਿਹੜੀ ਲੜਕੀ ਜਗਮੇਲ ਸਿੰਘ ਦੇ ਘਰੋਂ ਆ ਉਹਨੂੰ ਇੱਕ ਸਰਕਾਰੀ ਨੌਕਰੀ ਉਹਦੀ ਯੋਗਤਾ ਅਨੁਸਾਰ, ਬੱਚਿਆਂ ਦੀ ਫ੍ਰੀ ਜਿਹੜੀ ਆ ਉਹ ਸਿੱਖਿਆ ਦਾ ਪ੍ਰਬੰਧ, ਘਰ ਦੀ ਮੁਰੰਮਤ ਦੇ ਲਈ 25 ਲੱਖ ਰੁਪਈਆ, ਇਸ ਤੋਂ ਬਿਨਾਂ 20 ਲੱਖ ਰੁਪਈਆ ਜਿਹੜਾ ਮਾਲੀ ਮਦਦ ਆ ਉਹਨਾਂ ਨੇ ਉਹ ਕੀਤੀ ਹੈ। ਹਾਂਜੀ, ਫੈਸਲਾ ਉਤਪੁਰ ਮੈਂ ਟੈਲੀਫੋਨ 'ਤੇ ਦੱਸਿਆ, ਉਹਨਾਂ ਨੇ ਲਿਖ ਕੇ ਚਿੱਠੀ ਫੈਸਲਾ ਵੀ ਆ ਗਿਆ ਲਿਖਤੀ ਤੌਰ 'ਤੇ। 3-4 ਚੀਜ਼ਾਂ ਕੀਤੀਆਂ, ਇੱਕ ਤਾਂ ਬਿਲਕੁਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਈ ਜਾਊ ਔਰ 3 ਮਹੀਨਿਆਂ ਦੇ ਵਿੱਚ ਉਹਨੂੰ ਸਜ਼ਾ ਦਵਾਈ ਜਾ ਸਕੇ। ਇਹਦੇ ਲਈ ਅਸੀਂ ਜੁਡੀਸ਼ੀਅਲ ਕੋਰਟ ਦੇ ਵਿੱਚ ਵੀ ਆਪਣੇ ਡੈਲੀਗੇਸ਼ਨ ਜਾ ਕੇ ਸਾਡੀ ਰਿਕੁਐਸਟ ਕਰਨ ਜਾਣਗੇ, ਉਹ ਵੀ ਤਾਂ ਕਿ ਇੰਨੀ ਛੇਤੀ ਹੋ ਜਾਵੇ ਅਤੇ ਨਿਪਟੇ ਅਤੇ ਸਖ਼ਤ ਸਜ਼ਾ ਮਿਲੇ। 2 ਜਿਹੜੀਆਂ ਹੈਗੀਆਂ ਰਿਆਇਤਾਂ ਫੈਮਿਲੀ ਨੂੰ, ਉਹ ਰਿਆਇਤਾਂ ਦੇ ਵਿੱਚ 20 ਲੱਖ ਰੁਪਇਆ ਅਤੇ 1 ਸਰਕਾਰੀ ਨੌਕਰੀ। ਇਹਨਾਂ ਨੂੰ ਇਹੀ ਕਿਹਾ ਸੀ ਕੱਲ੍ਹ ਵੀ ਤੁਸੀਂ ਇਹ ਤੁਹਾਡੀ ਮਰਜ਼ੀ ਹੈ, ਪੈਨਸ਼ਨ ਲਓ, ਨੌਕਰੀ ਲਓ। 1 ਸਰਕਾਰੀ ਨੌਕਰੀ, 5ਵੀਂ ਕਲਾਸ ਸੀ ਉਹਨਾਂ ਦੀ, ਮਿਸਿਜ ਮਨਜੀਤ ਕੌਰ, ਲੇਕਿਨ ਉਹਦੇ ਛੋਟ ਦੇ ਕੇ ਸੀ ਐੱਮ ਸਾਹਿਬ ਨੇ ਸਰਕਾਰੀ ਨੌਕਰੀ ਜਿਹੜੀ ਨੇੜੇ ਘਰ ਦੇ ਪੈਂਦੀ ਹੈ ਉਹ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਮਕਾਨ ਬਣਾਉਣ ਵਾਸਤੇ 1,25,000 ਰੁਪਇਆ ਮਕਾਨ ਬਣਾਉਣ ਵਾਸਤੇ ਦਿੱਤਾ ਹੈ, ਅਤੇ 5-6 ਮਹੀਨੇ ਤੱਕ ਦਾ ਸਾਰਾ ਰਾਸ਼ਨ ਪਾਣੀ ਖਾਣ ਦਾ ਉਹ ਵੀ ਸਾਰਾ ਕੀਤਾ ਹੈ, ਅਤੇ ਭੋਗ ਦਾ ਵੀ ਸਾਰਾ ਉਹਦੇ ਵਿੱਚ ਹੀ ਲਿਆ ਇਹਨਾਂ ਨੇ। ਬੱਚਿਆਂ ਦੀ ਪੜ੍ਹਾਈ ਜਿਹੜੀ ਹੈਗੀ ਹੈ ਉਹ ਵੀ ਸਾਰੀ ਫ੍ਰੀ ਕਰਨ ਵਾਸਤੇ ਕਿਹਾ ਕਿ ਕਰਾਈ ਜਾਊਗੀ, ਆਪ ਕਰਾਵਾਂਗੇ। ਇਹ 4-5 ਫੈਸਲੇ ਲਏ ਨੇ, ਅਤੇ ਬਾਕੀ ਜਿਨ੍ਹਾਂ ਨੇ ਕਿਸੇ ਨੇ ਕਿਸੇ ਲੈਵਲ 'ਤੇ ਕੋਈ ਕੁਤਾਹੀ ਕੀਤੀ ਗਈ ਹੋਵੇ ਉਹਦੀ ਵੀ ਇੱਕ ਅੱਛੀ ਸੀਨੀਅਰ ਲੈਵਲ ਦੀ ਕਮੇਟੀ ਬਣਾਈ ਹੈ ਮੁੱਖ ਮੰਤਰੀ ਜੀ ਨੇ, ਤਾਂ ਕਿ ਜਿਹੜੇ ਕੋਈ ਕੁਤਾਹੀ ਕੀਤੀ ਹੈ ਉਹਨਾਂ ਨੂੰ ਵੀ ਅਸੀਂ ਬਣਦਾ ਤੌਰ 'ਤੇ ਉਹਨਾਂ ਸਜ਼ਾ ਦੇ ਸਕੀਏ। ਠੀਕ ਹੈ।